स्वागत है दोस्तों तो अपने यूट्यूब चैनल से लोडेरी फार्म बरनाला दे विच। सो जिहड़े किसान वीर अपने इस चैनल पर पहली बार वीडियो देख रहे हैं उन्हां नूं रिक्वेस्ट आ कि अपने यूट्यूब चैनल जी सबसक्राइब कर लियो। सो किसी भी वीर ने इदां दी ऐड करवाउणी होवे तां तुसीं मेरे नाल कनैक्ट कर सकते हो। मेरा मोबाइल नंबर है 8420701817। सो अज दी वीडियो विच आपां बत्त दे रेट भा दी वाजब जे रेट दी तुहानूं बैठ वीडियो कवर करके दिखाउणी है। समेत चवाई तोर के आपां तुहानूं पहलां दिखाती अगे दी डिटेल उस वीर तों लैके दिंदे की रेट आ ते की इहदी डिटेल आ। समेत टाइम कि छे बच्चा आ गया शहर ठीक है ਤੇ ਦੂਸਰਾ ਸੂਆ ਸੂਈ ਹੋਈ ਆ। ਹਾਂ ਦੁੱਧ ਜਿਹੜਾ ਆਪਾਂ ਹੁਣ ਚੋਨੇ ਆ ਕਿੰਨਾ ਹੈਗਾ ਇਹਦਾ? ਮੇਰੇ 17 ਤੋਂ ਵੱਧ ਹੀ ਹੋਊਗਾ। ਆਪਾਂ 17 ਕਹਿ ਕੇ ਦਵੋ। ਮੰਨ ਕੇ ਚੱਲ ਵੀ 15 ਤਾਂ ਨਿਬੜੂ 16। ਵੱਧ ਹੀ ਆ ਵੀਰੇ 17 ਮਿਣ ਕੇ ਦਿਖਾ ਲਾਂਗੇ ਆਪਾਂ। ਠੀਕ ਹੈ ਮੰਨ ਕੇ ਚੱਲ ਹੁਣ ਆਪਣਾ ਟਾਈਮ ਹੋ ਗਿਆ 5:30 ਦੇ ਲਗਭਗ ਆ ਟਾਈਮ। 6 ਵਜੇ ਚੋਨੇ ਹੋਣੇ। ਠੀਕ ਹੈ 4:30 ਹੋ ਚੁੱਕਿਆ 4:35 ਹੋ ਗਏ ਜਮਾ। ਤੇ ਸਵੇਰੇ ਚਵਾਈ ਕਿੰਨੇ ਵਜੇ ਕੀਤੀ ਹੈ ਜੀ? ਸਵੇਰੇ ਵੀਰੇ 5:30 ਵਜੇ ਕਰੀ। ਘੰਟਾ ਪਹਿਲਾਂ ਚਵਾਈ ਆਪਣੀ। ਹਾਂ ਸਿਰ ਘੰਟਾ ਪਹਿਲਾਂ ਹਰਦਾਸਪੁਰ ਮੇਰੇ ਪਿੰਡ ਤੋਂ ਪੈ ਗਿਆ 34-35 ਕਿਲੋਮੀਟਰ 33 ਉਸ ਹਿਸਾਬ ਨਾਲ ਦੂਰ ਦਾ ਆਉਣਾ ਕਰਕੇ ਥੋੜ੍ਹਾ ਪਹਿਲਾਂ ਆਉਣਾ ਪੈ ਗਿਆ ਚਵਾਈ ਕਰਨੀ ਪਈ ਗਈ ਆਪਾਂ ਨੂੰ। ਅਤੇ ਸਵੇਰੇ ਸੀਗਾ ਮੰਨ ਕੇ ਚਲੋ 8 ਕਿਲੋ ਹੀ ਅਮਲ ਲੀਟਰ ਵਾਲਾ ਹੈਗਾ ਜੀ। ਅਤੇ ਭਾਅ ਫਿਰ ਆਪਾਂ ਕੀ ਕੀਤਾ ਜਾਇਜ਼ ਆ? ਭਾਅ ਵੀਰੇ 33,000 ਰੁਪਏ ਗਜਾਇਜ਼ ਉਹਦੇ ਵਿੱਚੋਂ। ਹਾਂ ਕਰਦੇ ਆ। ਠੀਕ ਆ ਹੁਣ ਮੰਨ ਕੇ ਚੱਲੀਏ ਆਪਾਂ ਜਮਾਂ ਦੁੱਧ 'ਤੇ ਆਈ ਹੋਈ ਹੈ ਇਹ। ਹਾਂ ਠੀਕ ਹੈ ਜੇ ਕੋਈ ਕਹੇ ਵੀ 17-20 ਦੇ ਦੂ 20 ਦਿੰਦੀ ਨਹੀਂ ਜਮਾਂ 20 ਤਾਂ ਇੰਨਾ ਕਦੋਂ ਦਊ ਜਮਾਂ ਇੰਨਾ ਵੀ ਦਊ। ਠੀਕ ਹੈ 16-17 ਕਿਲੋ ਸੋ ਵੀਰੇ ਦੁੱਧ 'ਤੇ ਆਈ ਹੋਈ ਹੈ ਅਤੇ ਚਵਾਈ ਵੀਰਾ ਦੇਖੋ ਪੂਰੀ ਨਰਮ ਆ ਅਤੇ ਬੱਚਾ ਮੂਹਰੇ ਬੰਨਿਆ ਹੁੰਦਾ ਕੋਈ ਛੱਡਣ ਦੀ ਲੋੜ ਵੀਰ ਨੂੰ ਖੈਰ ਪਈ ਨਹੀਂ ਆ ਨਿਆਣਾ ਪਾਇਆ ਤੇ ਚੋੜੀ ਉਹ ਦੇਖ ਬੱਚਾ ਖੂੰਜੇ ਤੇ ਬੰਦਾ ਹੋਇਆ ਅਤੇ ਜੇਰ ਵਗੈਰਾ ਵੀਰੇ ਸਹੀ ਪਈ ਵੇ ਜਮਾਈ। ਫਿਰ ਦੇਖੋ ਆਰਡਰ ਦੇ ਨਾਲਾਂ ਨੂੜਾ ਬਹੁਤ ਚੰਗੀਆਂ ਅਤੇ ਬਾਕੀ ਫੇਸ ਕੁਆਲਿਟੀ ਵਗੈਰਾ ਦੇਖੋ ਅਤੇ ਰੇਟ ਵੀਰ ਨੇ ਬਾਜਾ ਕੀਤਾ 33,000 ਰੁਪਇਆ 33,000 ਰੁਪਇਆ ਮੁੱਲ ਆ ਬਾਕੀ ਇਹਦੇ 'ਚ ਮਾਣ ਤਾਣ ਤੁਹਾਡਾ ਹੋ ਜੂਗਾ। ਬਾਕੀ ਚਵਾਈ ਵੀਰ ਇਸ ਕਰਕੇ ਦਿਖਾਉਂਦਾ ਪਿਆ ਕਿ ਪਤਾ ਲੱਗ ਗਿਆ ਵੀ ਦੁੱਧ ਐਸਟੀਮੇਟ ਕਿੰਨਾ ਹੈਗਾ ਕਈ ਵਾਰ ਵੀਰ ਦੂਰ ਤੋਂ ਆਉਂਦਾ ਦਿੱਕਤ ਨਾ ਆਵੇ ਅਤੇ ਧਾਰ ਵਗੈਰਾ ਦੇਖੋ ਕੋਈ ਭੂਰ ਸਿੱਟਣ ਕਿਸੇ ਥਣ ਦੇ ਵਿੱਚ ਜਾਂ ਮਗਲ ਥਣਾਂ ਦੀ ਵੀਰ ਚਵਾਈ ਕਰਦਾ ਪਿਆ ਹੈਗਾ ਦੁੱਧ ਵੀ ਤੁਹਾਨੂੰ ਐਸਟੀਮੇਟ ਹੋ ਜੂ ਵੀ ਕਿੰਨਾ ਕੁ ਦੁੱਧ ਹੈਗਾ ਅਤੇ ਬਾਕੀ ਠੰਡੀ ਵਗੈਰਾ ਦੇਖੋ ਗਾਲਾ ਕਰਦੀ ਪਈ ਹੈ ਕੋਈ ਹਿਲ ਚੱਲ ਵਾਲੀ ਗੱਲ ਨਹੀਂ ਹੈ ਵਾ। ਅਤੇ ਵੀਰੇ ਖੁਰਾਕ ਫਿਰ ਕੀ ਪਾਉਂਦੇ ਹੁਣ ਆਪਾਂ ਆਪਣੀ ਖੁਰਾਕ ਵੀਰੇ ਗੁੱਲੀ ਡੰਡੇ ਦਾ ਦਾਣਾ ਪਾਉਣਾ। ਠੀਕ ਹੈ ਘਰ ਦਾ ਦਾਣਾ ਬਸ ਨੋਰਮਲ ਕੋਈ ਮਾਰਾ ਲੇਟੀ ਵਗੈਰਾ ਐਕਸਟਰਾ ਖਾੜ ਕੇ ਪਾਉਂਦੇ ਨੇਗੇ? ਹਾਂ ਨਹੀਂ ਨਹੀਂ ਸਵੇਰ ਗੁੱਲੀ ਡੰਡੇ ਦਾ ਵੀਰੇ ਦਾਣਾ ਪਿਆਰਾ ਦਿਲਾਇਆ ਵਾਗਾ ਅਤੇ ਘਰ ਦਾ ਦਾਣਾ ਜਿਹੜਾ ਹੁੰਦਾ ਨੋਰਮਲ ਉਹ ਬਣਾ ਕੇ ਪਾਉਂਦਾ ਕੋਈ ਐਕਸਟਰਾ ਫੀਡ ਨਹੀਂ ਅਤੇ ਬਾਕੀ ਘਰ ਦੁੱਧ ਦੇਖੋ ਦੁੱਧ ਚਿੱਟਾ ਜਮਾ ਇਹਦਾ ਕੋਈ ਇਹ ਨਹੀਂ ਪੀਲਕ ਦੇ ਵਿੱਚ ਦੁੱਧ ਕਰਾਸ ਅੰਗ 'ਚ ਹੈਗੀ ਹੈਗੀ ਫੂਡ ਵੀ ਵਧੀਆ ਵੀਰੇ। ਕਿੰਨੀ ਕੁ ਫੈਟ ਹੈ ਵੀਰੇ? 5 ਤੋਂ ਤਾਂ ਆ ਜਾਂਦੀ ਹੈ ਵੀਰੇ। ਸਵੇਰ 5 ਤੋਂ ਬਾਹਰ ਫੈਂਟ ਇਹਦੀ ਆਉਂਦੀ ਹੈਗੀ ਅਤੇ ਰੇਟ ਵੀ ਬਾਜਬ ਜੇ 33,000 ਰੁਪਏ ਜਮਾ ਸੂਈ ਸਵਾਈ ਟੋਟਲ ਕੰਮ ਡਾਨਾ ਬਾਕੀ ਦੁੱਧ 'ਤੇ ਆਈ ਹੋਈ ਚੋ ਕੇ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਕਈ ਵਾਰ ਵੀਰ ਕਹਿੰਦੇ ਆਪਾਂ ਗੱਭਣ ਲੈ ਲਈ ਵੀ ਉਹ ਐਂ ਨਿਕਲੀ ਉਹ ਨਿਕਲੀ ਕੋਈ ਇਹ 'ਚ ਲਾਂਬੇ ਵਗੈਰਾ ਵਾਲਾ ਕੰਮ ਨਹੀਂ ਹੋਣਾ ਕਿਉਂਕਿ ਚਵਾਈ ਕਰੂੰਗਾ ਕਿ ਬਹਿ ਕੇ ਫਿੱਟ ਹੋਊਗੀ ਤਾਂ ਲਿਜਾਉਂਗੇ ਤੁਸੀਂ। ਸੋ ਪਿੰਡ ਹਰਦਾਸਪੁਰਾ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਅਤੇ ਨਸਾਂ ਵਗੈਰਾ ਦੇਖੋ ਤੁਸੀਂ ਆਰਡਰ ਦੇ ਚੰਗੀਆਂ ਦੂਸਰੀ ਸਾਈਡ ਤੋਂ ਵੀ ਆਪਾਂ ਦਿਖਾ ਦਿੰਦੇ ਹਾਂ ਆਹ ਦੂਸਰੀ ਸਾਈਡ ਦਾ ਵੀ ਹਵਾਨਾ ਦੇਖ ਸਕਦੇ ਸੋਹਣਾ ਸਾਫ਼ ਸੁਥਰਾ ਹਵਾਨਾ ਨਾੜਾ ਨੂੜਾ ਬਹੁਤ ਚੰਗੀਆਂ ਅਤੇ ਬਾਕੀ ਮਿਲਕ ਵੇਨ ਵਗੈਰਾ ਬਹੁਤ ਚੰਗੀ ਇਹਦੇ ਜਾਂਦੀ ਪਈ ਆ ਬਾਕੀ ਦੇਖੋ ਚਵਾਈ ਵਗੈਰਾ ਪੂਰੀ ਮੋਟੀ ਜਮਾਂ ਗੰਨੇ ਵਰਗੀ ਧਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅਤੇ ਦੁੱਧ ਬਹੁਤ ਚਿੱਟਾ ਦੁੱਧ ਨਹੀਂ ਇਹਦਾ ਪੀਲਕ ਵਗੈਰਾ ਦੇ ਵਿੱਚ ਹੈਗਾ ਬਿਲਕੁਲ ਮੱਝਾਂ ਨਾਲ ਮੰਨ ਕੇ ਚਲੋ ਕੰਪੇਅਰ ਜੇ ਕਰਦਾ ਪਿਆ ਦੁੱਧ ਇਹਦਾ ਬਾਕੀ ਰੇਟ ਵਾਲੇ ਹਿਸਾਬ ਨਾਲ ਦੇਖਿਆ ਰੇਟ ਵੀ ਵਾਜਬ 33,000 ਰੁਪਇਆ ਜਿੰਨਾ ਹੁਣ ਕੱਢਿਆ ਦੁੱਧ ਵੀਰੇ ਸਵੇਰੇ ਨਿਬੜੂ ਨਾ ਜਮਾਂ ਕੋਈ ਇਹ ਨਾ ਗੱਲ ਹੋਵੇਗੀ ਉਹ ਰੋਕਿਆ ਵਗੈਰਾ ਵਾਲਾ ਕੰਮ। ਅੱਜ ਤਰੀਕ ਹੈਗੀ ਹੈਗੀ ਆਪਣੀ 16-17 ਸੋ ਵੀਰੇ 17 ਤਰੀਕ ਨੂੰ ਆਪਾਂ ਵੀਡੀਓ ਕਵਰ ਕੀਤੀ ਹੈਗੀ 4:30 ਦਾ ਟਾਈਮ ਆ 5 ਮਿੰਟ ਉੱਤੇ ਆ 4:35 ਜਿਹੜਾ ਬਚਵਾਈ ਕੀਤੀ ਜਿਹੜੀ ਅਤੇ ਬਾਕੀ ਚਵਾਈ ਵੀ ਨਰਮ ਆ ਪੂਰੀ ਵਧੀਆ ਅਤੇ ਬਾਕੀ ਧਾਰਾ ਧੂਰਾ ਦੇਖ ਸਕਦੇ ਕੋਈ ਆਪਾਂ ਵੀਡੀਓ ਵਗੈਰਾ ਨਹੀਂ ਪੋਸਟ ਕੀਤੀ ਚਵਾਈ ਵੀ 4 ਮਿੰਟ ਦੇ ਲਗਭਗ ਹੋ ਚੁੱਕੀ ਆਪਣੀ 5 ਮਿੰਟਾਂ ਦੇ ਵਿੱਚ ਚਵਾਈ ਹੋ ਗਈ ਇਹਦੀ
ਉਹਦਾ ਦੁੱਧ ਤੁਸੀਂ ਦੇਖ ਸਕਦੇ ਹੋ ਕਿੰਨੇ ਕਿਲੋ ਕੜਪਾ ਵੀਰੇ। ਦੇਖ ਸਕਦੇ ਇੱਕ ਵਾਰ ਟੀਨੇ ਭਰਤੀ ਮੰਨ ਕੇ ਚਲੋ 5 ਕਿਲੋ ਸੀਗਾ ਇਹਦੇ ਵਿੱਚ। ਅੰਦਾਜ਼ਾ ਸਾਨੂੰ ਆਜੂਗਾ ਕਿ 8 ਕਿਲੋ ਲਗਭਗ ਦੁੱਧ ਲੈ ਜਾਣਾ ਹੈਗਾ। ਬਾਕੀ ਸਵੇਰੇ ਆਉਣ ਤੋਂ ਪਹਿਲਾਂ ਇੱਕ ਵਾਰੀ ਤਸੱਲੀ ਜ਼ਰੂਰ ਕਰ ਲਓ ਚਵਾਈ ਕਰਕੇ ਅਤੇ ਸੋ ਕੋਈ ਦਿੱਕਤ ਵਾਲੀ ਗੱਲ ਦੱਸ ਠੀਕ ਹੈ। ਪੈਸੇ ਲਾਉਣੇ ਬੰਦਾ ਚੋ ਕੇ ਤਸੱਲੀ ਕਰਨਾ ਫਰਜ਼ ਬਣਦਾ ਉਹਦਾ। ਚਲੋ ਦੁੱਧ ਲਗਭਗ 8 ਦੇ ਲਗਭਗ ਹੋ ਹੀ ਜਾਊਗਾ ਕਿਉਂਕਿ 5.5 ਕਿਲੋ ਦੁੱਧ ਵੀ ਨਹੀਂ ਕੱਢਤਾ। 5 ਕਿਲੋ ਤੋਂ ਉੱਪਰ ਉੱਪਰ ਦੁੱਧ ਸੀਗਾ ਐਸਟੀਮੇਟ ਅਤੇ ਬਾਕੀ ਤੁਹਾਨੂੰ ਤੁਸੀਂ ਬਾਅਦ 'ਚ ਪਤਾ ਲੱਗ ਜਾਵੇ ਐਸਟੀਮੇਟ ਕਿੰਨਾ ਹੈਗਾ। ਖੈਰ 16 ਕਿਲੋ ਦੁੱਧ ਹਕੀਕਤ ਆਰਾਮ ਨਾਲ ਤਿਆਰ ਹੋਊਗਾ। ਬਾਕੀ ਥੋੜ੍ਹਾ ਚਵਾਈ ਕਰਨ ਦਾ ਟਾਈਮ ਵੀ 1 ਘੰਟਾ ਪਹਿਲਾਂ ਹੈਗਾ ਅਤੇ ਬਾਕੀ ਸੀਲ ਠੰਡੀ ਕੋਈ ਅੰਤ ਨਹੀਂ। ਬਾਕੀ ਦੇਖੋ ਪਸ਼ੂ ਜੋ ਚਵਾਈ ਦੇ ਟਾਈਮ ਗਾਲਾ ਕਰਨ ਲੱਗ ਜਾਵੇ ਖੈਰ ਸਹੀ ਹੁੰਦਾ ਵਧੀਆ ਦੇਖ ਸਕਦੇ ਹੋ। ਬਾਕੀ ਰੇਟ ਮੇਰੇ ਕੋਲ ਵਾਜਬ ਸਿਰਫ 33,000 ਰੁਪਈਆ 33,000 ਮਾਨਦਾਨ ਹੋ ਵੀਰੇ ਕਿ ਫਿਕਸ ਹੀ ਆ। ਸੋ ਵੀਰੇ 33,000 ਦੇ ਵਿੱਚੋਂ ਹੀ ਮਾਨਦਾਨ ਤੁਹਾਡਾ ਹੋ ਜਾਣਾ ਜਿੰਨਾ ਬਣਦਾ ਵੀਰ ਤੋਂ ਹੋ ਸਕਿਆ। ਧਾਰ ਵੀ ਕੋਈ ਟੇਢੀ ਮੇਢੀ ਨਹੀਂ ਚੰਗੀ ਸਿੱਧੀ ਧਾਰ ਆ ਜਾਵਾਂ ਅਤੇ ਬਾਕੀ ਸਟ੍ਰੈਚਰ ਲੇਬਰ ਜੇ ਕੋਈ ਟੁੱਟਵਾਂ ਵਗੈਰਾ ਲੇਬਰ ਨਹੀਂ ਹੈਗਾ ਇਹਦੇ। ਦੇਖ ਸਕਦੇ ਲਗਭਗ 2.5 ਕਿਲੋ ਲਗਭਗ ਦੁੱਧ 2.25 ਕਿਲੋ ਦੇ ਹੈਗਾ। 8 ਕਿਲੋ ਦੁੱਧ ਜਮਾਂ ਪ੍ਰੋਪਰ ਇਹਦੇ ਥੱਲੇ ਤਿਆਰ ਹੈਗਾ 33,000 ਭਾਅ ਠੀਕ ਹੈ। ਕੋਈ ਘੰਟਾ ਪਹਿਲਾਂ ਜੋ ਜੀ ਆਪਾਂ ਹੈ ਨਾ ਦੇਖੋ ਸਾਡਾ ਦੁੱਧ ਤੁਹਾਡੇ ਸਾਹਮਣੇ ਅਤੇ ਨੰਬਰ ਬਾਈ ਇੱਕ ਵਾਰੀ ਫਿਰ ਬੋਲ ਜੀ ਆਪਣਾ 9569 ਵੀਰੇ 9569 6810। ਸੋ ਵੀਡੀਓ ਦੇਖਣ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਕਿਸੇ ਨਵੀਂ ਹੋਰ ਵੀਡੀਓ ਨਾਲ।